मैं सतीश कुमार कुहाड़ा सारिया दा एसके बी न्यूज चैनल विच स्वागत करदा हां। लो जी आज तुहानू मिलाण जा रहे हां मनप्रीत सिंह जी दे नाल गलबात करानी है। सत श्री अकाल जी। सत श्री अकाल जी। ਤੁਹਾਡਾ ਨਾਮ ਜੀ? ਮਨਪ੍ਰੀਤ ਸਿੰਘ ਜੀ। ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਫਤਿਹ ਬੁਲਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਆ ਰਹੇ ਨੇ। ਅੱਗੇ 20 ਤਰੀਕ ਤੋਂ ਸਰਕਾਰ ਵੱਲੋਂ ਵੀ ਥੋੜ੍ਹੀ ਜਿਹੀ ਪਾਬੰਦੀ ਲਗਾਈ ਗਈ ਆ, ਜਿਹੜੇ ਗਾਉਣ ਵਜਾਉਣ ਵਾਲੇ ਪ੍ਰੋਗਰਾਮਾਂ 'ਤੇ, ਵਿਆਹ ਸ਼ਾਦੀਆਂ 'ਤੇ 20 ਤੋਂ 30 ਤਰੀਕ ਤੱਕ ਜਿਹੜਾ ਵੀ ਉਹ ਬੰਦ ਰਹੂਗਾ। ਬਹੁਤ ਵਧੀਆ ਉਪਰਾਲਾ ਆ, ਸਿੱਖ ਕੌਮ ਦੇ ਵਿੱਚ ਬਹੁਤ ਵੱਡੀ ਸ਼ਹਾਦਤ ਆ ਛੋਟੇ ਸਾਹਿਬਜ਼ਾਦਿਆਂ ਦੀ। ਅਤੇ ਮੈਂ ਕਹੂੰਗਾ ਵੀ ਇਹਦੇ 'ਚ ਸਾਰੀ ਜਿਹੜੀ ਆ ਸੰਗਤ ਨੂੰ ਸਾਥ ਦੇਣਾ ਚਾਹੀਦਾ ਸਾਰਿਆਂ ਨੂੰ, ਸਰਕਾਰ ਦਾ ਜਿਹੜੇ ਇਸ 'ਤੇ ਉਹਨਾਂ ਨੇ ਪਹਿਲ ਕਦਮੀ ਦਿਖਾਈ ਆ ਸਰਕਾਰ ਨੇ, ਕਿ ਆਪਾਂ ਕੋਈ ਵੀ ਗਾਉਣ ਵਜਾਉਣ ਵਾਲਾ ਕੋਈ ਵੀ ਮਤਲਬ ਇੱਕ ਬਹੁਤ ਹੀ ਮਤਲਬ ਸ਼ਹਾਦਤ ਜਿਹੜੀ ਸੀਗੀ ਸਿੱਖ ਕੌਮ ਦੇ ਵਿੱਚ ਅਹਿਮ ਸੀਗੀ। ਬੱਚਿਆਂ ਨੇ ਮਤਲਬ ਸਾਡੇ ਸਿੱਖ ਕੌਮ ਨੂੰ ਕਾਇਮ ਰੱਖਣ ਲਈ ਸਿੱਖੀ ਵਾਸਤੇ ਜਿਹੜਾ ਉਹ ਕੀਤਾ ਗਿਆ ਹੈ। ਸਰਕਾਰ ਨੇ 20 ਤੋਂ 30 ਤਰੀਕ ਤੱਕ ਆਪਣੇ ਗਾਉਣ ਵਜਾਉਣ ਅਤੇ ਵਿਆਹ ਸ਼ਾਦੀਆਂ 'ਤੇ ਪਾਬੰਦੀ ਲਾਈ ਆ। ਉੱਦਾਂ ਹੀ ਆਪਣੇ ਖਾਣ ਪੀਣ 'ਤੇ ਵੀ ਥੋੜ੍ਹਾ ਜਿਹਾ ਪਰਹੇਜ਼ ਰੱਖੀਏ, ਜਿਵੇਂ ਕਿ ਦਾਰੂ ਅਤੇ ਆ ਸ਼ਰਾਬ ਦੇ ਉੱਤੇ। ਚਲੋ ਉਹ ਆਪਾਂ ਉੱਥੇ ਜੇ ਨਹੀਂ ਬੰਦ ਕਰਦੇ ਤਾਂ ਆਪਾਂ ਕਿਸੇ ਨਾਲ ਧੱਕਾ ਵੀ ਨਹੀਂ ਕਰਾਉਣਾ, ਪਰ ਜੇ ਆਪਾਂ ਹੀ ਨਹੀਂ ਖਾਵਾਂਗੇ ਤਾਂ ਚਲਾਉਣਗੇ ਕਿੱਦਾਂ? ਇਸ ਕਰਕੇ ਸਾਰੀ ਸੰਗਤ ਨੇ ਸਾਥ ਦੇਣਾ ਆ, ਸਾਰਿਆਂ ਨੇ ਹੀ ਇਹ ਜਿਹੜੇ ਸ਼ਹੀਦੀ ਦਿਹਾੜੇ ਆ ਉਹ ਬੜੇ ਪਿਆਰ ਅਤੇ ਸ਼ਰਧਾ ਨਾਲ ਮਨਾਉਣੇ ਆ, ਵੀ ਤਾਂ ਜੋ ਅਸੀਂ ਉਹਨਾਂ ਦਾ ਆਪਣੇ ਗੁਰੂਆਂ ਦਾ ਨਾਮ ਜਿਹੜਾ ਰੋਸ਼ਨ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਰਦਾਰ ਭਾਅ ਜੀ ਇੱਕ ਗੱਲ ਹੋਰ ਆ ਜੀ, ਜਿਹੜਾ ਕਿ ਕਈ ਬੰਦੇ ਸਰਦਾਰ ਹੁੰਦੇ ਆ ਉਹਨਾਂ ਦੇ ਬੱਚੇ ਕੇਸ ਕਟਾਈ ਜਾਂਦੇ ਆ, ਦਾੜੀਆਂ ਕਟਾਈ ਜਾਂਦੇ, ਉਹਦੇ ਬਾਰੇ ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਇਹ ਬਹੁਤ ਵਧੀਆ ਗੱਲ ਕੀਤੀ ਭਾਅ ਜੀ ਨੇ ਕਿ ਜਿਹੜੇ ਅਸੀਂ ਸਾਡੇ ਸਿੱਖ ਕੌਮ ਦੇ ਵਿੱਚ ਥੋੜ੍ਹੀ ਜਿਹੀ ਹੈਗੀ ਆ ਦੁਬਿਧਾ, ਕਿ ਕਈ ਬੱਚੇ ਜਿੱਦਾਂ ਇੱਕ ਪਰਿਵਾਰ ਦੇ ਵਿੱਚ 2 ਬੱਚੇ ਹੁੰਦੇ ਆ, ਇੱਕ ਵਾਲ ਕਟਾ ਹੁੰਦਾ, ਇੱਕ ਰੱਖ ਲੈਂਦਾ। ਉਹ ਕਈ ਵਾਰੀ ਇੱਦਾਂ ਲੱਗਦਾ ਹੁੰਦਾ ਵੀ ਸ਼ਾਇਦ ਪੱਗ ਬੰਨਣੀ ਬੜੀ ਮੁਸ਼ਕਲ ਲੱਗਦੀ ਹੈ, ਉਹ 2-4 ਦਿਨਾਂ ਦਾ ਹੀ ਹੁੰਦਾ ਜੀ, ਤੁਸੀਂ ਇੱਦਾਂ ਦੀ ਕੋਈ ਗੱਲ ਨਹੀਂ। ਕਈ ਵਾਰੀ ਬੰਦਾ ਕਹਿੰਦਾ ਵੀ ਸ਼ਾਇਦ ਮੈਂ ਵਾਲ ਕਟਾ ਕੇ ਸੋਹਣਾ ਲੱਗੂੰਗਾ, ਇੱਦਾਂ ਦੀ ਕੋਈ ਗੱਲ ਨਹੀਂ। ਜਿਹੜਾ ਪਰਮਾਤਮਾ ਨੇ ਰੂਪ ਦਿੱਤਾ ਉਹ ਸਾਰੇ ਹੀ ਸੋਹਣੇ ਨੇ, ਉਹ ਚਾਹੇ ਤੁਸੀਂ ਜਿੱਦਾਂ ਦੇ ਵੀ ਹੋ, ਬਹੁਤ ਪਰਮਾਤਮਾ ਦੀ ਕਿਰਪਾ ਨਾਲ ਜਿਹਨੂੰ ਤੁਸੀਂ ਸੋਹਣੇ ਲੱਗਦੇ ਉਹਨੂੰ ਲੱਗੀ ਜਾਣਾ, ਜ਼ਰੂਰੀ ਨਹੀਂ ਵੀ ਵਾਲ ਕਟਾ ਕੇ ਹੀ ਸੋਹਣੇ ਲੱਗਣਾ। ਇਸ ਕਰਕੇ ਜੇ ਜਿਹੜੀ ਸਿੱਖੀ ਆ ਉਹਨੂੰ ਕਾਇਮ ਰੱਖੋ, ਤੁਸੀਂ ਥੋੜ੍ਹਾ ਕੋਸ਼ਿਸ਼ ਕਰੋ, 2-4 ਦਿਨ ਥੋੜ੍ਹੀ ਮੁਸ਼ਕਲ ਲੱਗਦੀ ਹੈ। ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਵਾਲ ਜਿਹੜੇ ਨਾ ਕਟਾਓ। ਚਲੋ ਕੁਛ ਹੁਣ ਜਿੱਦਾਂ ਚਲੋ ਅਸੀਂ ਅੰਮ੍ਰਿਤ ਤਾਂ ਨਹੀਂ ਛਕਿਆ, ਪਰ ਕੋਸ਼ਿਸ਼ ਕਰੋ ਸਿੱਖੀ ਕਾਇਮ ਰੱਖੋ, ਥੋੜ੍ਹਾ ਜਿਹਾ ਉਸਦੇ ਰਾਹ 'ਤੇ ਜਦੋਂ ਚੱਲੋਗੇ ਆਪੇ ਹੌਲੀ ਹੌਲੀ ਜਦੋਂ ਰੰਗ ਲੱਗਦਾ ਫਿਰ ਲੱਗਣਾ ਸ਼ੁਰੂ ਹੋ ਜਾਂਦਾ ਹੈ। ਪਰਮਾਤਮਾ ਦਾ ਨਾਮ ਲਓ, ਵੱਧ ਤੋਂ ਵੱਧ ਉਹਦਾ ਨਾਮ ਜਪੋ, ਤਾਂ ਕਿ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਬਖਸ਼ੇ। ਅਤੇ ਭਾਅ ਜੀ ਇੱਕ ਗੱਲ ਪੁੱਛਣਾ ਚਾਹੁੰਦੇ, ਨਸ਼ੇ 'ਤੇ ਜਿਹੜੇ ਅੱਜ ਕੱਲ੍ਹ ਬਹੁਤ ਜ਼ਿਆਦਾ ਹੋ ਰਿਹਾ, ਕੁੜੀਆਂ ਵੀ ਕਰ ਰਹੀਆਂ ਨੇ, ਮੁੰਡੇ ਵੀ ਕਰ ਰਹੇ ਆ, ਨਸ਼ੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ? ਇਹਦੇ ਬਾਰੇ ਵੀ ਪੂਰੀ ਸੰਗਤ ਨੂੰ, ਪੂਰੇ ਇਲਾਕਾ ਨੂੰ, ਵਾਸੀਆਂ ਨੂੰ ਧਿਆਨ ਦੇਣ ਦੀ ਲੋੜ ਆ ਜੀ, ਕਿਉਂਕਿ ਬੱਚੇ ਇਸ ਪਾਸੇ ਨੂੰ ਬਹੁਤ ਜਾ ਰਹੇ ਆ। ਹਾਂਜੀ, ਨਸ਼ਾ ਬਹੁਤ ਮਤਲਬ ਕਿ ਮਾੜਾ ਕੰਮ ਆ ਇਹ। ਸਭ ਤੋਂ ਵੱਡੀ ਗੱਲ ਜਿਹੜੀਆਂ ਬੱਚੀਆਂ ਇੱਧਰ ਨੂੰ ਜਾ ਰਹੀਆਂ ਨੇ ਉਹ ਤਾਂ ਉਦੋਂ ਵੀ ਬਹੁਤ ਇਹਦੇ ਨਾਲ ਕੌਮ ਦਾ ਵੀ ਵਿਗਾੜ ਹੋ ਰਿਹਾ ਵਾ ਜੀ ਜੀ। ਇਸ ਲਈ ਇਹ ਜੇ ਆਪਾਂ ਸਾਰੇ ਜਾਣੇ ਇਕੱਠੇ ਹੋ ਕੇ ਉਪਰਾਲਾ ਕਰਾਂਗੇ, ਵੀ ਇਕੱਲੀ ਆਪਾਂ ਇਹੀ ਨਾ ਦੇਖੀਏ ਵੀ ਇਕੱਲੀ ਸਰਕਾਰ ਨਹੀਂ ਕਰਨਾ ਜੀ, ਇਹ ਸਾਰਿਆਂ ਨੂੰ ਨਾਲ ਹੋ ਕੇ ਉਪਰਾਲਾ ਕਰਨਾ ਪੈਣਾ ਵਾ ਪੂਰੀ ਸੰਗਤ ਨੂੰ। ਬਹੁਤ ਵਧੀਆ, ਇਹ ਕੰਮ ਫੇਰ ਹੀ ਹੋਣਾ ਵਾ ਜੇ ਆਪਣੇ ਬੱਚੇ ਆਪਾਂ ਉਹਨਾਂ ਨੂੰ ਰੋਕਾਂਗੇ ਜਾਂ ਆਪਾਂ ਰੋਕਾਂਗੇ, ਉਹਨਾਂ ਦਾ ਮਨ ਬਣਾਉਣਾ ਪੈਣਾ। ਜ਼ਬਰਦਸਤੀ ਨਹੀਂ ਹੋ ਸਕਦੀ ਵੀ ਜ਼ਬਰਦਸਤੀ ਉਹਨੂੰ ਬੰਦ ਕਰ ਦਿਉ, ਇਹ ਕਰੋ, ਉਹਨਾਂ ਦਾ ਮਨ ਬਣਾਉਣਾ ਪੈਣਾ, ਉਹਨਾਂ ਨੂੰ ਪ੍ਰੇਰ ਕੇ ਲਿਆਉਣਾ ਪੈਣਾ ਇਸ ਪਾਸੇ, ਤਾਂ ਹੀ ਉਹ ਨਸ਼ਾ ਛੱਡ ਸਕਦੇ ਆ। ਜੇ ਇੱਧਰੋਂ ਨਸ਼ੇ ਦਾ ਡੈਕਸਲ ਟੁੱਟੂਗਾ ਇਸ ਤਰੀਕੇ ਨਾਲ, ਉਹ ਨਸ਼ੇ ਵਾਲੇ ਆਪੇ ਉਹ ਵੀ ਬੰਦ ਹੋ ਜਾਣੇ ਆ, ਬਾਕੀ ਉਹ ਵੀ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਹੀ ਉਪਰਾਲਾ ਕਰਨਾ ਪੈਣਾ ਵੀ ਆਪਾਂ ਨਸ਼ਾ ਕਿਸੇ ਤਰੀਕੇ ਬੰਦ ਕਰੀਏ। ਇਹ ਤਾਂ ਹੀ ਹੋ ਸਕਦਾ, ਇਕੱਲੀ ਸਰਕਾਰ ਦੇ ਸਿਰ 'ਤੇ ਨਹੀਂ ਹੋ ਸਕਦਾ ਜੀ, ਪੂਰੀ ਕੌਮ ਨੂੰ ਨਾਲ ਬਣਾ ਪੈਣਾ, ਤਾਂ ਹੀ ਇਹਦੇ 'ਤੇ ਠੱਲ ਪੈ ਸਕਦਾ। ਸਰਦਾਰ ਭਾਅ ਜੀ ਇੱਕ ਗੱਲ ਹੋਰ ਆ ਜੀ, ਜਿਹੜੀ ਬੱਚੀਆਂ ਦੇ ਬੱਚੇ ਨਸ਼ੇ ਕਰ ਰਹੇ ਆ, ਇਹਨਾਂ ਦਾ ਨਸ਼ਾ ਕਿੱਦਾਂ ਛਡਾਵਾਂਗੇ ਆਪਾਂ? ਉਹਨਾਂ ਵਾਸਤੇ ਕੋਈ ਹਸਪਤਾਲ ਜਾਂ ਕੋਈ ਦਵਾਈ ਜਾਂ ਕਿੱਦਾਂ ਕੋਈ ਇੰਤਜ਼ਾਮ ਕੋਈ ਕੀਤਾ ਹੋਇਆ ਜੀ?
ਅਜੀ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰ ਕੁਛ ਖੋਲ੍ਹੇ ਹੋਏ ਨੇ ਜੀ। ਬਾਕੀ ਸਰਕਾਰ ਨੂੰ ਵੀ ਹੋਰ ਉਪਰਾਲਾ ਕਰਨਾ ਚਾਹੀਦਾ ਬੜੇ ਵੱਡੀ ਪੱਧਰ ਦੇ ਉੱਤੇ ਕਿ ਇਹ ਜਿਹੜੇ ਨਸ਼ਾ ਕੇਂਦਰ ਹਜੇ ਬਣੇ ਹੋਏ ਨੇ ਇਹ ਓਨੇ ਨਾਲ ਹੀ ਪੂਰੇ ਨਹੀਂ ਹੈਗੇ, ਸਰਕਾਰ ਘੱਟ ਨੇ ਹਜੇ ਇਹ ਨਸ਼ਾ ਕੇਂਦਰ। SKV ਨਿਊਜ਼ ਅਤੇ SKV TV ਖਬਰਾਂ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਇਹਨਾਂ ਨੂੰ ਲਾਈਕ ਕਮੈਂਟ ਕਰੋ। ਸੋਨਿਹਾਲ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।